ਜਦੋਂ ਭਗਤ ਪ੍ਰਹਲਾਦ ਜੀ ਦੀ ਰੱਖਿਆ ਹੋਈ, ਨਰਸਿੰਘ ਰੂਪ ਧਾਰਨਾ ਕਰਕੇ ਭਗਤ ਜੀ ਦੀ ਰੱਖਿਆ ਕੀਤੀ, ਭਗਤ ਪ੍ਰਹਲਾਦ ਜੀ ਨੂੰ ਹਰਨਾਕਸ਼ ਨੂੰ ਮਾਰਨਾ ਕਰਕੇ ਉਨ੍ਹਾਂ ਨੂੰ ਤਖ਼ਤ ਤੇ ਬਿਰਾਜਮਾਨ ਕੀਤਾ। ਕੁਝ ਸਮਾਂ ਲੰਘ ਗਿਆ, ਪ੍ਰਹਲਾਦ ਜੀ ਦੀ ਅਵਸਥਾ ਉਸ ਵਕਤ ਜਿੰਨੀ ਉੱਚੀ ਚਾਹੀਦੀ ਸੀ ਉਹਦੇ ਵਿੱਚ ਕੁਝ ਫਰਕ ਸੀ, ਪਰਮੇਸ਼ਰ ਨੇ ਉੱਪਰ ਪਹੁੰਚਾਉਣਾ ਸੀ ਜੀ। ਕਿਸੇ ਨੇ ਕਹਿ ਦਿੱਤਾ ਕਿ ਭਗਤ ਜੀ ਸਿਆਣਾ ਮਨੁੱਖ ਹੋਆ, ਅਣਖਦਾਰ ਹੋਆ ਜਿਹੜਾ ਆਪਣੇ ਪਿਤਾ ਦਾ ਬਦਲਾ ਲਵੇ। ਤਖ਼ਤ ਤੇ ਤੈਨੂੰ ਮਿਲ ਗਿਆ, ਤੇਰਾ ਪਿਤਾ ਭਾਵੇਂ ਦੈਂਤ ਰੂਪ ਸੀ, ਹਰਨਾਸ਼ ਦੁਸ਼ਟ ਹਰ ਮਾਰਿਆ, ਪ੍ਰਹਲਾਦ ਤਰਾਇਆ, ਰੱਬੀ ਬਾਣੀ ਚ ਜ਼ਿਕਰ ਹੁੰਦਾ, ਪਰ ਆਪਣੇ ਪਿਤਾ ਦਾ ਤੈਨੂੰ ਬਦਲਾ ਲੈਣਾ ਚਾਹੀਦਾ। ਕਹਿੰਦਾ ਗੱਲ ਤੇ ਠੀਕ ਆ, ਪਿਤਾ ਦਾ ਬਦਲਾ ਨਾ ਲਿਆ ਤੇ ਮੁਸ਼ਕਲ ਆ। ਮੁਲਤਾਨ ਦਾ ਰਾਜਾ ਸੀ, ਹਰਨਾਸ਼ ਵੀ ਮੁਲਤਾਨ ਵਿਚ ਹੋਇਆ, ਪ੍ਰਹਲਾਦ ਭਗਤ ਮੁਲਤਾਨ ਵਿਚ ਹੋਇਆ, ਰਾਜਾ ਬਾਬਾ ਦਾ ਪੋਤਰਾ ਇਹ ਮੁਲਤਾਨ ਦੇ ਵਿਚ ਹੋਏ ਨੇ। ਫੌਜ ਲਿਖ ਕੇ ਤੁਰ ਪਿਆ ਵੀ ਜਿੱਥੇ ਕਿਤੇ ਨਰਸਿੰਘ ਰੂਪ ਹੈ ਉਹ ਮੈਨੂੰ ਮਿਲ ਜਾਵੇ, ਮੈਂ ਉਹਨਾਂ ਜੰਗ ਕਰਨਾ। ਤੁਰੇ ਜਾਂਦੇ ਆ ਕਿ ਪਰਮੇਸ਼ਰ ਨੇ ਐਸਾ ਕੌਤਕ ਕੀਤਾ, ਇੱਕ ਬਹੁਤ ਅਰਧ ਬਜ਼ੁਰਗ ਬ੍ਰਾਹਮਣ ਆ ਉਹਨੇ ਇੱਕ ਸੋਟੀ ਸੁਣ ਦਿੱਤੀ। ਹਿੰਦੂ ਮਤ ਦੀ ਕਥਾ ਤੇ ਹੈ ਕਿ ਵਿਸ਼ਨੂੰ ਜੀ ਬ੍ਰਾਹਮਣ ਦੇ ਰੂਪ ਵਿਚ ਪ੍ਰਗਟ ਹੋਏ। ਗੁਰਮਤ ਚ ਅਸੀਂ ਕਹਿ ਦਈਏ ਪਰਮੇਸ਼ਰ ਨੇ ਕੌਤਕ ਕੀਤਾ। ਪੰਡਿਤ ਕਹਿਣ ਲੱਗਾ ਮੈਂ ਬਿਮਾਰ ਆ, ਮੇਰੇ ਕੋਲ ਉੱਠਿਆ ਨਹੀਂ ਜਾਂਦਾ, ਸੋਟੀ ਤੇ ਮੈਨੂੰ ਫੜਾਓ। ਸਿਪਾਹੀ ਫੜਨ ਲੱਗੇ, ਸਾਰੇ ਯਤਨ ਕੀਤਾ, ਭਗਤ ਜੀ ਤੁਹਾਨੂੰ ਚੁੱਕੀ ਗਏ। ਅਖੀਰ ਪੰਡਿਤ ਕਹਿਣ ਲੱਗਾ ਤੁਸੀਂ ਚੱਲੇ ਕਿੱਥੇ ਜੀ? ਕਹਿੰਦੇ ਅਸੀਂ ਨਰਸਿੰਘ ਨਾਲ ਲੜਾਈ ਲੜਨ ਵਾਸਤੇ ਚੱਲੇ ਹਾਂ, ਉਹਨੇ ਪ੍ਰਹਲਾਦ ਭਗਤ ਦੇ ਪਿਤਾ ਹਰਨਾਸ਼ ਨੂੰ ਮਾਰਨਾ। ਕਹਿੰਦੇ ਜੇ ਤੁਹਾਨੂੰ ਸੋਟੀ ਦੇ ਬੁੱਢਾ ਬ੍ਰਾਹਮਣ ਦੇ ਡਿੱਗੇ ਦੀ ਸੋਟੀ ਨਹੀਂ ਚੁੱਕੀ ਗਈ ਤੇ ਤੁਸੀਂ ਨਰਸਿੰਘ ਨੂੰ ਕਿਵੇਂ ਮਾਰੋਗੇ? ਹੰਕਤਾ ਟੁੱਟ ਗਈ, ਹੰਕਾਰ ਟੁੱਟ ਗਿਆ, ਹੰਕਾਰ ਤੋਂ ਰਹਿਤ ਹੋ ਗਏ, ਇੱਕਦਮ ਪੂਰਨ ਗਿਆਨ ਦੀ ਪ੍ਰਾਪਤੀ ਹੋ ਗਈ। ਸੋ ਐਸਾ ਪਰਮੇਸ਼ਰ ਜਿਹੜਾ ਹੈ ਉਹ ਵਾਹਿਗੁਰੂ ਜੀ